ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ 'ਤੇ। ਪੈਰਿਸ ਓਲੰਪਿਕ ਤੋਂ ਭਾਰਤੀ ਖੇਡ ਪ੍ਰੇਮੀਆਂ ਲਈ ਬੇਹੱਦ ਨਿਰਾਸ਼ ਕਰਨ ਵਾਲੀ ਖਬਰ। ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਹੀ ਕਰਾਰ ਦਿੱਤਾ ਗਿਆ ਅਯੋਗ। ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਮਹਿਜ਼ 100 ਗ੍ਰਾਮ ਵੱਧ ਨਿਕਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ। ਮਾਨ ਨੇ ਕਿਹਾ ਖਿਡਾਰੀ ਦੇ ਭਾਰ 'ਤੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਚ ਅਤੇ ਫਿਜ਼ੀਓਥੈਰੇਪਿਸਟ ਦੀ ਸੀ। ਵਿਨੇਸ਼ ਫੋਗਾਟ ਗੋਲਡ ਮੈਡਲ ਜਿੱਤਣ ਤੋਂ ਬਸ ਇੱਕ ਕਦਮ ਦੂਰ ਸੀ। ਵਿਨੇਸ਼ ਫੋਗਾਟ ਮਾਮਲੇ 'ਚ ਦੇਸ਼ ਦੀ ਸਿਆਸਤ ਗਰਮਾਈ। ਸੰਜੇ ਸਿੰਘ ਨੇ ਕਿਹਾ ਵਿਨੇਸ਼ ਇੱਕ ਦਿਨ 'ਚ 3 ਪਹਿਲਵਾਨਾਂ ਨੂੰ ਹਰਾ ਕੇ ਫਾਈਨਲ 'ਚ ਪੁੱਜੀ। ਉਹ ਮੈਡਲ ਜਿੱਤ ਕੇ ਇਤਿਹਾਸ ਰਚਣ ਜਾ ਰਹੀ ਸੀ। ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਸ ਦੇ ਖਿਲਾਫ ਸਾਜਿਸ਼ ਰਚੀ ਗਈ। ਰਾਘਵ ਚੱਡਾ ਨੇ ਰਾਜ ਸਭਾ 'ਚ ਚੁੱਕੀ ਨਨਕਾਣਾ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ। ਰਾਘਵ ਚੱਡਾ ਨੇ ਕਿਹਾ ਸ਼ਰਧਾਲੂਆਂ ਲਈ ਕੋਈ ਫੀਸ, ਪਾਸਪੋਰਟ, ਵੀਜ਼ਾ ਜਾਂ ਮੁਸ਼ਕਲ ਫਾਰਮ ਦੀ ਸ਼ਰਤ ਨਹੀਂ ਹੋਣੀ ਚਾਹੀਦੀ। ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ। ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਆਈ ਸਾਹਮਣੇ। ਬਿਸ਼ਨੋਈ ਦੀ ਪਹਿਲੀ ਇੰਟਰਵਿਊ CIA ਖਰੜ ਦੇ ਪਰਿਸਰ 'ਚ ਅਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ 'ਚ ਹੋਈ। ਹਾਈਕੋਰਟ 'ਚ ਪੇਸ਼ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ 'ਚ ਹੋਇਆ ਖੁਲਾਸਾ। ਅਤੇ ਹੁਣ ਖਬਰਾਂ ਦਾ ਵਿਸਥਾਰ। ਪੈਰਿਸ ਓਲੰਪਿਕ ਤੋਂ ਭਾਰਤੀ ਖੇਡ ਪ੍ਰੇਮੀਆਂ ਲਈ ਬੇਹੱਦ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤਾ ਗਿਆ। ਕੁਸ਼ਤੀ ਦੇ 50 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਮਹਿਜ਼ 100 ਗ੍ਰਾਮ ਵੱਧ ਨਿਕਲਿਆ। ਹੁਣ ਉਹ ਫਾਈਨਲ 'ਚ ਨਹੀਂ ਉਤਰ ਸਕੇਗੀ। ਇਸ ਤਰ੍ਹਾਂ ਭਾਰਤ ਦੇ ਝੋਲੇ 'ਚੋਂ ਨਾ ਸਿਰਫ ਸੋਨ ਤਗਮਾ ਖਿਸਕ ਗਿਆ ਹੈ, ਸਗੋਂ ਉਸ ਨੂੰ ਚਾਂਦੀ ਦਾ ਤਗਮਾ ਵੀ ਗਵਾਉਣਾ ਪਿਆ। ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਬਾਹਰ ਹੋਣ ਮਗਰੋਂ ਉਸਦੇ ਤਾਏ ਨੇ ਕਿਹਾ ਕਿ ਸਾਡੇ ਕੋਲ ਗੱਲ ਕਰਨ ਲਈ ਸ਼ਬਦ ਨਹੀਂ ਬਚੇ। ਇਹ ਬਹੁਤ ਵੱਡਾ ਝਟਕਾ ਹੈ। ਅਸੀਂ ਹੋਰ ਮਿਹਨਤ ਕਰਾਂਗੇ ਅਤੇ ਸਾਲ 2028 ਦੇ ਓਲੰਪਿਕ 'ਚ ਵਾਪਸੀ ਕਰਾਂਗੇ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਵਿਨੇਸ਼ ਫੋਗਾਟ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੈਰਿਸ ਓਲੰਪਿਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨੇ 140 ਕਰੋੜ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਓਲੰਪਿਕ ਮੁਕਾਬਲੇ ਦੇ ਵਿੱਚੋਂ ਡਿਸਕੁਆਲੀਫਾਈ ਹੋ ਚੁੱਕਿਆ। ਇਸ ਨਾਲ ਉਹ ਨਾ ਸਿਰਫ ਫਾਈਨਲ ਦੇ ਵਿੱਚੋਂ ਬਾਹਰ ਹੋ ਗਏ ਨੇ, ਬਲਕਿ ਮੈਡਲ ਤੋਂ ਵੀ ਖੁੰਝ ਗਏ ਨੇ। ਵਿਨੇਸ਼ ਬੁੱਧਵਾਰ ਸਵੇਰੇ ਗੋਲਡ ਮੈਡਲ ਦੇ ਲਈ ਫਾਈਨਲ ਮੁਕਾਬਲੇ ਤੋਂ ਪਹਿਲਾਂ 50 ਕਿਲੋਗ੍ਰਾਮ ਵਜ਼ਨ ਨੂੰ ਕਾਇਮ ਨਹੀਂ ਕਰ ਪਾਏ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਦਾ ਵਜ਼ਨ ਤੈਅ ਕੀਤੇ ਗਏ ਮਾਪਦੰਡ ਤੋਂ 100 ਗ੍ਰਾਮ ਜ਼ਿਆਦਾ ਪਾਇਆ ਗਿਆ। ਇਸ ਮੌਕੇ ਵਿਨੇਸ਼ ਦੇ ਅੰਕਲ ਮੀਡੀਆ ਦੇ ਸਾਹਮਣੇ ਆਏ, ਜੋ ਕਿ ਬੇਹੱਦ ਭਾਵੁਕ ਸਨ। ਜੋ ਸਾਰੇ ਦੇਸ਼ ਨੇ ਗੋਲਡ ਮੈਡਲ ਕਿਉਂ ਵੀ ਇਤਿਹਾਸ ਸੀ, ਔਰ ਅਮੀ ਖੁਸ਼ੀ ਤੇ ਆਜ ਔਰ ਖੁਸ਼ੀ ਕਾ ਦਿਨ ਥਾ ਜੋ ਸੁਬਹ ਉੱਠਤੇ ਹੈ ਜੋ ਬਈ ਤਿਆਰੀ ਐਸੀ ਐਸੀ ਤਿਆਰੀ ਕਰ ਰੱਖੀ ਥੀ ਔਰ ਇਹ ਸਮਾਚਾਰ ਜੋ ਨੇ ਮੇਰੇ ਪਾਸ ਸੁਬਹ ਆਇਆ ਜੋ 9-10 ਵਜੇ ਤੋ ਮੈਂ ਭਾਵ ਬਸ ਕੁਛ ਮੇਰੇ ਕਹਿਣ ਬੋਲਿਆ ਨਹੀਂ ਜਾ। ਮੇਰੇ ਪਰਿਵਾਰ ਮੈਂ ਕਿਸੀ ਸੇ ਬਾਤ ਹੋਈ ਹੈ ਬਜਰੰਗ ਵਗੈਰਾ? ਨਾ ਸਰ, ਕਿਸੀ ਬਾਤ ਨਹੀਂ, ਸਿਰਫ ਬਜਰੰਗ ਕਾ ਟੈਲੀਫੋਨ ਆਇਆ ਥਾ ਪਾਪਾ ਐਸੀ ਐਸੀ ਬਾਤ ਹੋ ਗਈ। ਵਹ ਵੀ ਜਨਮ ਸੰਗੀਤਾ ਟੇਲਵੇ ਦਾ ਵਹ ਰੋਣੇ ਲੱਗੀ। ਤੋ ਕਿਆ ਉਮੀਦ ਲੱਗ ਰਹੀ ਹੈ ਅਬ? ਦੇਖੋ ਕਿਆ ਪਤਾ, ਮੈਂ ਤੋ ਮੇਰੇ ਕੋ ਪਤਾ ਨਹੀਂ ਚੀਜ਼ ਕਾ ਹੈ। ਇਹ 100 ਗ੍ਰਾਮ ਕਾ ਜੋ ਖੁਰਾਕ ਹੈ, ਕਿਆ ਕੁਸ਼ਤੀ ਮੇਂ ਜਾਇਜ਼ ਹੈ? ਜੋ ਰੂਲਸ ਹੈ ਕਿਆ ਬਣਾ ਰੱਖੇ, ਕਿਸ ਤਰ੍ਹਾਂ ਬਣਾ ਰੱਖੇ ਹੈ? ਜੋ ਜੀ ਤੋ ਹੈ ਜੋ ਵਜ਼ਨ ਥੋੜ੍ਹਾ ਬੜਾ 50-100 ਗ੍ਰਾਮ ਤੋ ਉਸਨੂੰ ਬਾਅਦ ਲੜਾ ਦਿੱਤੇ ਹੈ, ਲੇਕਿਨ ਲੜਾਇਆ ਨਹੀਂ ਤੋ ਬਈ ਕਿਆ ਪਤਾ। ਫੈਡਰੇਸ਼ਨ ਔਰ ਸਰਕਾਰ ਸੇ ਕਿਆ ਉਮੀਦ ਰੱਖਤੇ ਹੈ? ਦੇਖਿਓ ਜੋ ਬਾਤ ਕਰੇਂਗੇ ਬਜਰੰਗ ਹਰ ਸਰਵ ਸਭ ਮਿਲ ਕਰਕੇ ਵਿਚਾਰ ਵਿਮਰਸ਼ ਕਰਕੇ ਬਾਤ ਕਰੇਂਗੇ।
तो देशवासियों के लिए कुछ कहना चाहेंगे? कहीं ना कहीं नारे बस देशवासियों के लिए मैं यूँ कहता हूँ भाई, निराश ना हो, एक दिन जो करेंगे मैं अगला 28 कॉलम पे उसके लिए जो है संहिता को उसमें कुछ दिन दोबारा स्टार्ट करवा रहा हूँ, उसके भी जो पिछला के जो है और बजरंग को बोले हमने भी करो कोशिश, और गणेश भी जो आएगी उसके बाद में जो है 4 साल गणेश होते मैं कहूँ बेटा 4 साल और करो आप दोबारा तैयारी कराएंगे? हाँ बिल्कुल कहूँ अभी दोबारा तैयारी करो, 4 साल ज़्यादा नहीं होते। प्रतियोगिता दे नियमों दे मुताबक विनेश सिल्वर मेडल दे योग भी नहीं रहे, इस दे बाद 50 किलोग्राम कैटेगरी विच सिर्फ गोल्ड अते ब्राउंस मेडल दिता जाएगा। इस तो पहला मंगलवार नू विनेश फोगाट दा वजन तय मापदंड दे हिसाब नाल सी, हालांकि हर रोज मुकाबले तो पहला ए वजन मेंटेन करना पैंदा है। इस मुद्दे ते ब्रज भूषण दे बेटे करण भूषण ने भी अपनी प्रतिक्रिया साझी कीती है। ਦੱਸ ਦੇ ਕਿ ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਉਣਾ ਪਿਆ ਕਿਉਂਕਿ ਉਹਨਾਂ ਦੇ ਵੱਲੋਂ ਦੇਰ ਰਾਤ ਬਹੁਤ ਸਾਰੀ ਪ੍ਰੈਕਟਿਸ ਕੀਤੀ ਗਈ ਤਾਂ ਕਿ ਉਹ ਵਜ਼ਨ ਨੂੰ ਮੇਨਟੇਨ ਕਰ ਸਕਣ, ਜਿਸ ਕਰਕੇ ਉਹਨਾਂ ਨੂੰ ਡੀਹਾਈਡਰੇਸ਼ਨ ਹੋਈ ਤੇ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ। ਦੱਸ ਦੇ ਕਿ ਵਿਨੇਸ਼ ਆਪਣੇ ਇਤਿਹਾਸਕ ਗੋਲਡ ਮੈਡਲ ਤੋਂ ਸਿਰਫ ਇੱਕ ਕਦਮ ਦੂਰ ਸੀ, ਪਰ ਉਸ ਤੋਂ ਪਹਿਲਾਂ ਇਹ ਬੁਰੀ ਖਬਰ ਉਹਨਾਂ ਦੇ ਲਈ ਆਈ। ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਹੀ ਪੈਰਿਸ ਓਲੰਪਿਕ ਦੇ ਪ੍ਰੀ ਕੁਆਟਰ ਅਤੇ ਕੁਆਟਰ ਫਾਈਨਲ ਨੂੰ ਜਿੱਤ ਕੇ ਸੈਮੀ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸੀਐਮ ਮਾਨ ਹਰਿਆਣਾ 'ਚ ਆਪਣੀ ਪਾਰਟੀ ਦੇ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਜਿਵੇਂ ਹੀ ਉਹਨਾਂ ਨੂੰ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਬਾਹਰ ਹੋਣ ਦਾ ਪਤਾ ਚੱਲਿਆ ਤਾਂ ਉਹ ਉਸਦੇ ਘਰ ਪਹੁੰਚ ਗਏ। ਵਿਨੇਸ਼ ਫੋਗਾਟ ਦੇ ਤਾਇਆ ਮਹਾਵੀਰ ਫੋਗਾਟ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਾਰਾ ਦੇਸ਼ ਉਹਨਾਂ ਦੇ ਨਾਲ ਖੜ੍ਹਾ ਹੈ। ਵਿਨੇਸ਼ ਗੋਲਡ ਮੈਡਲ ਜਿੱਤਣ ਤੋਂ ਬਸ ਇੱਕ ਕਦਮ ਦੂਰ ਸੀ। ਉਹ ਇੱਕ ਹੀ ਦਿਨ 'ਚ 3 ਪਹਿਲਵਾਨਾਂ ਨੂੰ ਹਰਾ ਕੇ ਇਸ ਮੁਕਾਮ ਤੱਕ ਪਹੁੰਚੀ ਸੀ। ਮਾਨ ਨੇ ਕਿਹਾ ਕਿ ਖਿਡਾਰੀ ਦੇ ਭਾਰ 'ਤੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਚ ਅਤੇ ਫਿਜ਼ੀਓਥੈਰੇਪਿਸਟ ਦੀ ਹੁੰਦੀ ਸੀ। ਇਹ ਬਹੁਤ ਵੱਡੀ ਅਣਗਹਿਲੀ ਹੈ। ਲੱਖਾਂ ਰੁਪਏ ਦੀ ਤਨਖਾਹ ਲੈਣ ਵਾਲੇ ਕੋਚਾਂ ਅਤੇ ਫਿਜ਼ੀਓਥੈਰੇਪਿਸਟਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਰ ਵੱਧ ਜਾਣ ਕਾਰਨ ਓਲੰਪਿਕ ਤੋਂ ਬਾਹਰ ਹੋਈ ਖਿਡਾਰਨ ਵਿਨੇਸ਼ ਫੋਗਾਟ ਦੇ ਘਰ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਹਰਿਆਣਾ ਦੇ ਵਿੱਚ ਰੈਲੀ ਸੀ। ਰੈਲੀ ਤੋਂ ਬਾਅਦ ਭਗਵੰਤ ਮਾਨ ਵਿਨੇਸ਼ ਦੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਨੂੰ ਮਿਲਣ ਦੇ ਲਈ ਵਿਨੇਸ਼ ਫੋਗਾਟ ਦੇ ਘਰ ਪਹੁੰਚੇ। ਇਸ ਮੌਕੇ ਸੀਐਮ ਮਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ। ਦੇਖੋ ਜੀ, ਇਹ ਤਾਂ ਪਹਿਲੇ ਵੀ ਕਹਿਤੇ ਥੇ ਕੁਸ਼ਤੀ ਸੰਘ ਮੇਂ ਕਿਸਕੀ ਜ਼ਿੰਮੇਵਾਰੀ ਥੀ ਪਹਿਲੇ, ਕਿਉਂ ਲੜਕੀਆਂ ਵਹਾਂ ਪੇ ਹਮਾਰੀ ਬੇਟੀਆਂ ਵਹਾਂ ਪੇ ਸੜਕੋਂ ਪੇ ਗੰਗਾ ਕਿਨਾਰੇ ਆਪਣੇ ਮੈਡਲੋਂ ਕੋ ਗੰਗਾ ਮੇਂ ਬਹਾਨੇ ਕੇ ਲੀਏ ਚਲੀ ਗਈ ਥੀ, ਉਸਕੀ ਜ਼ਿੰਮੇਵਾਰੀ ਇਸਨੇ ਇਹਨਾਂ ਨੇ ਤੈਅ ਕੀ ਕਿਸੀ ਕੋ ਕਿਸੀ ਕੀ ਤੈਅ ਕੀ ਕਿਸੀ ਨੇ ਯੇ ਕਿਆ ਸਮਝਤੇ ਹੈ ਯੇ ਹਮ ਛੋਟੇ ਛੋਟੇ ਗਾਓਂ ਸੇ ਉੱਠ ਕੇ ਲੋਕ ਮੈਂ ਮੁੱਖ ਮੰਤਰੀ ਬਣ ਗਿਆ ਛੋਟੇ ਸੇ ਗਾਓਂ ਸੇ ਉੱਠ ਕਰ ਯੇ ਛੋਟੇ ਸੇ ਗਾਓਂ ਸੇ ਉੱਠ ਕਰ ਲੜਕੀ ਓਲੰਪਿਕ ਮੇਂ ਖੇਲ ਰਹੀ ਹੈ, ਛੋਟੇ ਸੇ ਛੋਟੇ ਗਾਓਂ ਸੇ ਉੱਠ ਕਰ ਲੋਕ ਹਮਾਰੇ ਬੱਚੇ ਮੈਡਲ ਲੈ ਰਹੇ ਹੈ। ਜੇ ਚਾਹਤੇ ਨਹੀਂ ਹੈ ਕਿ ਹਮ ਛੋਟੇ ਛੋਟੇ ਲੋਕ ਹਮ ਆਮ ਘਰੋਂ ਕੇ ਆਮ ਬੇਟੇ ਬੇਟੀਆਂ ਜੋ ਹੈ ਕਾਮਯਾਬ ਹੋ ਜਾਏ ਓਲੰਪਿਕ ਮੇਂ, ਕਾਮਨਵੈਲਥ ਮੇਂ, ਏਸ਼ੀਆਡ ਮੇਂ ਜਾਂ ਪੋਲੀਟਿਕਸ ਮੇਂ ਜਾਂ ਕਹਾਂ ਵੀ, ਚਾਹਤੇ ਨਹੀਂ ਹੈ ਤੋ ਕਈ ਸਾਜਿਸ਼ ਹੋ ਸਕਤੀ ਹੈ ਸਰ, ਸਾਜਿਸ਼ ਲੱਗ ਰਹੀ ਹੈ ਸਰ। ਤੋ ਮੈਂ ਇਸਕੇ ਬਾਰੇ ਮੈਂ ਤੋ ਕੁਛ ਨਹੀਂ ਕਹੂੰਗਾ, ਲੇਕਿਨ ਹਾਂ ਇਤਨਾ ਹੈ ਕਿ ਇਹ ਮਤਲਬ ਕੋਈ ਨਾ ਕੋਈ ਤੋ ਦੇਖੋ ਇਹ ਹਰ ਵਕਤ ਆਧੀ ਰਾਤ ਕੋ ਉੱਠ ਕੇ ਆਪਣਾ ਵੇਟ ਕਰੇਗੀ ਕਿਆ ਵਿਨੇਸ਼? ਯੇ ਕਾਮ ਤੋ ਕੋਚਿਸ ਕਾ ਜਾਂ ਉਨਕੇ ਉਨਕੇ ਜੋ ਫਿਜ਼ੀਓਥੈਰੇਪਿਸਟ ਹੈ ਉਨਕਾ ਹੈ ਕਿ ਸੁਬਹਾ ਮੈਚ ਸੇ ਪਹਿਲੇ ਕਿਆ ਕਰਨਾ ਹੈ, ਕਿਆ ਖਾਣਾ ਹੈ, ਰਾਤ ਕੋ ਕਿਆ ਖਾ ਕੇ ਸੋਨਾ ਹੈ, ਇਹ ਤੋ ਬਹੁਤ ਹੀ ਕਰਨਾ ਚਾਹੀਏ ਥਾ, ਅਬ ਕਰਨਾ ਚਾਹੀਏ ਕਿਆ ਹੈ? ਅਬ ਤੋ ਉਨ੍ਹੋਂ ਨੇ ਦੇ ਦਿਆ ਕਿਊਬਾ ਕਿ ਜੋ ਰੈਸਲਰ ਹੈ ਉਸਕੋ ਅਬ ਇਸਸੇ ਪਹਿਲੇ ਕਰਨਾ ਚਾਹੀਏ ਥਾ। ਹਾਂ ਐਡ ਮੇਂ ਬੋਲਤੇ ਹੈ ਮੋਦੀ ਜੀ ਨੇ ਯੂਕਰੇਨ ਕਾ ਯੁੱਧ ਰੁਕਵਾ ਦਿਆ, ਮੈਂ ਚਾਹਤਾ ਹੂੰ ਯੇ ਕਿਉਂ ਨਹੀਂ ਰੁਕਵਾਇਆ ਜੀ ਬੇਇਨਸਾਫੀ ਜੋ ਹੋਈ ਹੈ ਹਮਾਰੀ ਲੜਕੀ ਕੇ ਸਾਥ,
रुकवानी चाहिए थी, स्ट्रॉन्ग स्ट्रॉन्ग जो है वो विरोध करना चाहिए था। नीता अंबानी जी बैठी है वहां पे, आईओसी की, इंडियन ओलंपिक एसोसिएशन की सदस्य। हाँ जी, क्या किया, कुछ अर्जी दी, एप्लीकेशन तो दे देते तो थोड़ा परिवार को जख्मों पर मल्लम लग जाती कि हाँ चलो कुछ मल्लम, तो बस बता दिया कि हम डिस्क्वालीफाई हो चुके हैं जी। दस दिए कि कुश्ती विच किसी भी पहलवान नूं सिर्फ 100 ग्राम वाधू भार भत्ता मिलता है। जेकर विनेश का वजन 50 किलो 100 ग्राम हुंदा तां गोल्ड मैडल दा मैच खेड सकती सी, पर उसका भार 50 ग्राम इस तों वध निकलिया, इस कारण उसका ओलंपिक तमगा जितण दा सुपना चकनाचूर हो गया। पहलवान नूं 2 दिन तक उसे वर्ग विच अपना भार बरकरार रखना होवेगा, पर विनेश ने अजिहा नहीं कीता। विनेश फोगाट दे ओलंपिक तो बाहर होने ते देश च सियासत भग गई है। आम आदमी पार्टी दे राज्यसभा मैंबर संजय सिंह ने विनेश फोगाट दे ओलंपिक तो बाहर होने उत्ते सख्त प्रतिक्रिया दिती है। संजय सिंह ने कहा कि सैमीफाइनल मुकाबले च विनेश ने 4 बार दी विश्व चैंपियन नूं हराया, हुण जदों ओह फाइनल च पहुंची तां उसका भार महज 100 ग्राम वध पाया गया। विनेश फोगाट फाइनल च गोल्ड मैडल जित के इतिहास रचन जा रही सी ते कुछ लोगों नूं इह गल पसंद नहीं आई ते उस दे खिलाफ साजिश रची गई। संजय सिंह ने कहा कि केंद्र सरकार नूं तुरंत दखल दे के कहना चाहिए है कि जेकर तुसी भारत की धी का अपमान किया तो असी ओलंपिक्स का बाइकाट करांगे। इस मामले ते भाजपा आगू मनोज तिवाड़ी ते आप दे सांसद हरभजन सिंह ने भी अपनी प्रतिक्रिया दिती है। बुधवार नूं जदों विनेश फोगाट दे डिस्क्वालीफाई होने की खबर सामने आई तां करोड़ां भारतीयां नूं वड्डा झटका लग्गिया। उधर इस विषय ते वक्-वक् तरहां दे सियासी बयान आउणे भी शुरू हो गए, जिथे एक पासे प्रधानमंत्री मोदी दे वल्लों इस ते ट्वीट कीता गया तां उत्थे ही बीजेपी दे मनोज तिवाड़ी दा कहणा है कि इह सुणन तों बाद ओह बेहद परेशान अते शॉक्ड ने, इस विषय ते जांच कीती जावेगी। सभी लोग इसकी चिंता कर रहे हैं, प्रधानमंत्री जी का भी अभी ट्वीट आया है और हर स्तर पे इसको हमें हर फोरम पे उठाना भी है इस विषय को। लेकिन अब बड़ी सैड है हम सब कि विनेश फोगाट को डिस्क्वालीफाई कर दिया गया। कारण जो बताया जा रहा है वो वजन बढ़ने का, मुझे लगता है कि अभी थोड़ी देर में सदन में बयान भी होगा स्पोर्ट्स मिनिस्टर का और हम जिस प्लेटफॉर्म पे इसको उठा सकते हैं अवश्य उठाना चाहिए। और विनेश फोगाट के साथ पूरा देश खड़ा है, हम सभी खड़े हैं, ऐसा विश्वास रखें। उधर इस मौके राहुल गांधी समेत किसान लीडरों ने भी ट्वीट करके इस घटना नूं निंदन योग अते सियासी दस्या, जिस ते आम आदमी पार्टी दे संजय सिंह दी प्रतिक्रिया भी सामने आई है। उन्हां दा कहना है कि सारे भारत दा सुपना एक मिनट दे विच चकनाचूर हो गया। एक गहरी साजिश है विनेश फोगाट के खिलाफ। 100 ग्राम ओवरवेट होना ये कितना हास्यास्पद और मजाक का कारण है कि उसके आधार पर आप अयोग्य घोषित कर रहे हैं। 100 ग्राम ओवरवेट तो कुछ भी खाने से हो जाता है। तो इसलिए मैं समझता हूँ कि भारत सरकार को तुरंत हस्तक्षेप करना चाहिए, तत्काल हस्तक्षेप करना चाहिए और साफ शब्दों में कहना चाहिए, अगर 144 करोड़ भारतवासियों का अपमान करोगे, अगर भारत की बेटी का अपमान करोगे, उसके साथ अन्याय करोगे, तो हम ओलंपिक का बहिष्कार करेंगे। भारत सरकार निर्णय ले ओलंपिक के बहिष्कार का। ये घोर अन्याय है विनेश फोगाट के साथ, विनेश के साथ पूरा देश खड़ा है। इस मौके क्रिकेटर अते राज्यसभा मेंबर हरभजन सिंह ने भी इस घटना ते दुख दा इजहार कीता अते
ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚੋਂ ਵਿਨੇਸ਼ ਪਿਛਲੇ ਸਮੇਂ ਦੌਰਾਨ ਲੰਘੇ ਸਨ। ਬਿਲਕੁਲ, ਬਹੁਤ ਅਨਫੋਰਚੁਨੇਟ ਹੈ ਕਿਉਂਕਿ ਵਿਨੇਸ਼ ਬਹੁਤ ਪਾਸ ਸੀ ਗੋਲਡ ਕੇ ਔਰ ਹਮੇ ਲੱਗ ਰਿਹਾ ਥਾ ਕਿ ਗੋਲਡ ਜੀਤ ਕਰ ਵੋ ਆਏਗੇ ਭਾਰਤ ਵਾਪਸ ਔਰ ਪਿਛਲੇ ਕੁਛ ਦੌਰ ਜੋ ਥੇ ਬਹੁਤ ਮੁਸ਼ਕਿਲ ਵਾਲੇ ਥੇ ਉਨਕੇ ਲੀਏ ਵੀ ਔਰ ਜੋ ਹਮਨੇ ਦੇਖੇ ਹਾਲਾਤ ਜਿਨ ਹਾਲਾਤੋਂ ਸੇ ਵੋ ਗੁਜ਼ਰੀ ਹੈ ਔਰ ਉਸ ਤਰੀਕੇ ਸੇ ਗੁਜ਼ਰਨਾ ਔਰ ਉਸਕੇ ਬਾਅਦ ਯਹਾਂ ਤੱਕ ਪਹੁੰਚਣਾ ਫਾਈਨਲ ਨਹੀਂ ਖੇਲ ਪਾਉਣਾ ਯੇ ਮੁਝੇ ਲਗਤਾ ਹੈ ਕਿ ਬਹੁਤ ਹੀ ਗੁਰਦਾ ਚਾਹੀਏ ਐਸੀ ਚੀਜ਼ ਕੋ ਪਹੁੰਚਾਣੇ ਕੇ ਲੀਏ ਔਰ ਪਰ ਮੇਰੇ ਲਈ ਵੋ ਵਿਜੇਤਾ ਹੈ ਵੋ ਜੀਤ ਕੇ ਅਬ ਬਹੁਤ ਕਰੀਬ ਥੀ ਬਟ ਖੇਲ ਨਹੀਂ ਪਾ ਰਹੀ ਹੈ ਫਾਈਨਲ ਯੇ ਇਟਸ ਅਨਫੋਰਚੁਨੇਟ ਪਰ ਮੈਂ ਤੋ ਯਹੀ ਉਮੀਦ ਕਰ ਰਹਾ ਥਾ ਕਿ ਗੋਲਡ ਜਿਸ ਦਿਨ ਉਹ ਲੈ ਕੇ ਆਏ ਉਨਕੋ ਮਿਲਨੇ ਜਾਏ ਔਰ ਉਮੀਦ ਤੋ ਯਹੀ ਕਰਤੇ ਹੈ ਕਿ ਜਿਸ ਦਿਨ ਆਏਗੇ ਤੋ ਮੁਲਾਕਾਤ ਤੋ ਜ਼ਰੂਰ ਹੋਗੀ। ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ ਵਿਨੇਸ਼ ਨੂੰ ਔਰਤਾਂ ਦੇ 50 ਕਿਲੋ ਕਿਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਦੇ ਕਾਰਨ ਓਲੰਪਿਕ ਤੋਂ ਯੋਗ ਕਰਾਰ ਦੇ ਦਿੱਤਾ ਗਿਆ ਹੈ। ਵਿਨੇਸ਼ ਨੇ ਬੀਤੇ ਦਿਨ ਹੀ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ ਅਤੇ ਉਸਨੇ ਬੁੱਧਵਾਰ ਦੇਰ ਰਾਤ ਸੋਨ ਤਗਮੇ ਦਾ ਮੈਚ ਖੇਡਣਾ ਸੀ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਪੂਰੀ ਮਾਨਵਤਾ ਦੇ ਲਈ ਸ਼ਰਧਾ ਦਾ ਪਵਿੱਤਰ ਸਥਾਨ ਹੈ। ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਵੱਲੋਂ ਸਦਨ 'ਚ ਅਪੀਲ ਕੀਤੀ ਗਈ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਤਰ੍ਹਾਂ ਹੀ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਵੀ ਬਣਾਇਆ ਜਾਵੇ ਤਾਂ ਜੋ ਨਾਨਕ ਨਾਮਲੇਵਾ ਸੰਗਤ ਉਸ ਪਵਿੱਤਰ ਅਸਥਾਨ 'ਤੇ ਸੀਸ ਝੁਕਾਉਣ ਦਾ ਮੌਕਾ ਹਾਸਲ ਕਰ ਸਕੇ। ਉਹਨਾਂ ਭਾਰਤ ਸਰਕਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਲਾਂਘੇ ਦੀ ਸਥਾਪਨਾ ਲਈ ਪਾਕਿਸਤਾਨ ਨਾਲ ਕੂਟਨੀਤਿਕ ਚੈਨਲਾਂ ਰਾਹੀਂ ਗੱਲਬਾਤ ਕਰਨ ਦੀ ਸਲਾਹ ਦਿੱਤੀ। ਰਾਘਵ ਚੱਡਾ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਕੋਈ ਫੀਸ, ਪਾਸਪੋਰਟ, ਵੀਜ਼ਾ ਜਾਂ ਮੁਸ਼ਕਲ ਫਾਰਮ ਦੀ ਸ਼ਰਤ ਨਹੀਂ ਹੋਣੀ ਚਾਹੀਦੀ। ਦੋਵੇਂ ਦੇਸ਼ਾਂ ਵੱਲੋਂ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਵਿੱਚ ਸ਼੍ਰੀ ਨਨਕਾਣਾ ਸਾਹਿਬ ਜੀ ਤੱਕ ਸੁਰੱਖਿਅਤ ਸੜਕ ਮਾਰਗ ਆਸਾਨ ਬਣਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਰਾਜ ਸਭਾ ਦੇ ਵਿੱਚ ਅੱਜ ਇੱਕ ਅਹਿਮ ਮੁੱਦਾ ਚੁੱਕਿਆ। ਰਾਘਵ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਲਈ ਲਾਂਘਾ ਸਥਾਪਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਲਾਂਘਾ ਸਥਾਪਿਤ ਕਰਨ ਲਈ ਕੇਂਦਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਸੰਗਤ ਨੂੰ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਅਤੇ ਮੱਥਾ ਟੇਕਣ ਦਾ ਮੌਕਾ ਮਿਲ ਸਕੇ। ਸਰ, ਅੱਜ ਮੈਂ ਇਸ ਸਦਨ ਕੇ ਸਾਹਮਣੇ ਇੱਕ ਮੰਗ ਲੈ ਕੇ ਆਇਆ ਹਾਂ। ਸੰਗਤ ਕੋ ਸ਼੍ਰੀ ਨਨਕਾਣਾ ਸਾਹਿਬ ਜੀ ਕੇ ਦਰਸ਼ਨ ਕਰਨੇ ਕਾ, ਦਰਸ਼ਨ ਦੀਦਾਰ ਕਾ, ਖੁੱਲ੍ਹੇ ਦਰਸ਼ਨ ਕਰਨੇ ਕਾ ਇੱਕ ਬਹੁਤ ਲੰਬੇ ਸਮੇਂ ਸੇ ਮੰਗ ਹੈ, ਮਨ ਮੇ ਇੱਕ ਭਾਵ ਹੈ। ਉਸ ਸੰਦਰਭ ਮੇਂ ਤੀਨ ਛੋਟੀ ਮੰਗੇ ਅੱਜ ਮੈਂ ਆਪਕੇ ਮਾਧਿਅਮ ਸੇ ਸਰਕਾਰ ਕੇ ਸਾਹਮਣੇ ਰੱਖਣਾ ਚਾਹਤਾ ਹੂੰ। ਪਹਿਲੀ ਮੰਗ, ਜੈਸੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾ ਕਰ ਸੰਗਤ ਕੋ ਦਰਸ਼ਨ ਕਰਨੇ ਕੇ ਮੌਕਾ ਮਿਲਾ, ਮੱਥਾ ਟੇਕਣੇ ਕਾ ਇੱਕ ਇੰਤਜ਼ਾਮ ਹੁਆ, ਉਸੀ ਪ੍ਰਕਾਰ ਸੇ ਸ਼੍ਰੀ ਨਨਕਾਣਾ ਸਾਹਿਬ ਕੋਰੀਡੋਰ ਕਾ ਵੀ ਕਾਮ ਹੋਣਾ ਚਾਹੀਏ। ਦੋਨੋ ਮੁਲਕੋਂ ਕੀ ਸਰਕਾਰੇ ਮਿਲਕਰ ਇੱਕ ਕੋਰੀਡੋਰ ਬਣਾਏ ਜਿਸਸੇ ਭਾਰਤ ਸੇ ਸ਼ਰਧਾਲੂ ਸੰਗਤ ਸ਼੍ਰੀ ਨਨਕਾਣਾ ਸਾਹਿਬ ਜੀ ਜਾ ਸਕੇ। ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ, ਇਹਨਾਂ ਵਿੱਚੋਂ ਇੱਕ ਬਹੁਤ ਹੀ ਮੁਕੱਦਸ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਜੋ ਕਿ ਸ੍ਰੀ ਨਨਕਾਣਾ ਸਾਹਿਬ ਹੈ। ਇਹ ਲਗਭਗ ਲਾਹੌਰ ਤੋਂ 90 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ। ਮੇਰੀ ਸੰਸਦ ਦੇ ਵਿੱਚ ਮੰਗ ਹੈ ਕਿ ਸੰਗਤ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦਾ ਮੌਕਾ ਮਿਲੇ। ਸ੍ਰੀ ਨਨਕਾਣਾ ਸਾਹਿਬ ਜੀ ਜਾਣੇ ਕੇ ਲੀਏ, ਦਰਸ਼ਨ ਕਰਨੇ ਕੇ ਲੀਏ, ਖੁੱਲ੍ਹੇ ਦਰਸ਼ਨ ਕਰਨੇ ਕੇ ਲੀਏ ਕੋਈ ਵੀਜ਼ਾ, ਪਾਸਪੋਰਟ, ਫੀਸ ਜਾਂ ਕੋਈ ਕੰਪਲੀਕੇਟਿਡ ਫਾਰਮ ਕੀ ਜ਼ਰੂਰਤ ਨਾ ਪੜੇ, ਇੱਕ ਸਰਲ ਸਾ ਪ੍ਰੋਸੈਸ ਹੋ। ਮੇਰੀ ਤੀਸਰੀ ਮੰਗ ਕਿ
अमृतसर के वागी अटारी वाघा बॉर्डर से श्री ननकाना साहब जी की दूरी लगभग 104 किलोमीटर पड़ती है। ये दूरी बड़े आराम से 2-2.25 घंटे में पूरी की जा सकती है गाड़ी या बस के माध्यम से। मैं चाहूँगा कि इस सड़क को सेफ पैसेज बनाया जाए, दोनों मुल्कों की सरकारें मिलकर उस रास्ते को जो अमृतसर से होता हुआ, लाहौर से होता हुआ ननकाना साहब जाता है, उसे सेफ पैसेज बनाए ताकि श्रद्धालु और संगत वहां जाकर खुले दर्शन कर सके। इस खास अपील लई राघव ने 3 मंगां दा जिक्र कीता, जिस विच लांगा खोलना, बिना किसी कागजा ते फीस तो दर्शन दीदारे करना अते अटारी बार्डर तो अगे सेफ रोड पासिस शामिल ने। सिद्धू मूसेवाला कतलकांड के मुख्य साजिशकर्ता गैंगस्टर लॉरेंस बिश्नोई की जेल इंटरव्यू के मामले को लेकर वड्डी खबर सामने आई है। पंजाब ते हरियाणा हाईकोर्ट च इस मामले को लेकर सुनवाई हुई। सुनवाई दौरान यह गल सामने आई कि लॉरेंस बिश्नोई की पहली इंटरव्यू CIA खरड़ के परिसर च ते दूजी इंटरव्यू राजस्थान की जेल च हुई। इस मामले की जांच कर रही विशेष जांच टीम की रिपोर्ट तो यह खुलासा होया है। SIT ने यह सीलबंद रिपोर्ट पंजाब ते हरियाणा हाईकोर्ट को सौंपी सी, जिसनों बुधवार को जनतक कर दिता गया। कोर्ट वालों इस मामले च राजस्थान भी धिर बनाया गया। इस दे नाल ही हाईकोर्ट ने राजस्थान के एडवोकेट जनरल नूं अगली सुनवाई ते हाजिर होण दे हुक्म दित्ते ने। गायक सिद्धू मूसेवाला कतल केस दे मास्टरमाइंड गैंगस्टर लॉरेंस दी जेल इंटरव्यू विच अज इक वड्डा खुलासा होया। गैंगस्टर दा पहला इंटरव्यू पंजाब दे खरड़ विच पुलिस हिरासत विच होया सी, जदकि इंटरव्यू दूसरी राजस्थान दी जेल विच होई सी। इस मामले दी जांच कर रही विशेष जांच टीम दी रिपोर्ट तो इक खुलासा होया। सेट ने सीलबंद रिपोर्ट पंजाब अते हरियाणा हाईकोर्ट नूं सौंपी सी, जिस नूं बुधवार नूं जनतक कीता गया। इस मामले दे ज्यादा जानकारी दे लई जुड़दे आं पंजाब दे BJP लीडर हरजीत गरेवाल दे नाल। इस तरह जी पंजाब सरकार जदों तक जीरो टॉलरेंस ते काम नहीं करेगी जी, उदों तक जेलां चों ना तां गैंगस्टरां दीआं धमकियां होणियां बंद होणियां, ना ही फरौतियां मंगणियां बंद होणियां, ना ही ड्रग्स दा काम बंद होणा। बाकी लोग कोई कला बंदा तो यह करवा नहीं गया, ठीक है ना। जेडे पत्रकार ने करवाई है वह भी पता की पब्लिक हो गया सारा, क्यों नहीं ये खिलाफ कारवाई कर रहे, क्यों ਇਹਨਾਂ ਚੀਜ਼ਾਂ ਨੂੰ ਛੁਪਾ ਕੇ ਰੱਖਦੇ ਆ। ਹੁਣ ਜਦੋਂ ਉਹ ਮੁਖਤਾਰ ਅੰਸਾਰੀ ਸੀ ਗੈਂਗਸਟਰ ਜਿਹੜਾ, ਹੁਣ ਤਾਂ ਦੁਨੀਆਂ ਤੋਂ ਵੀ ਚਲਾ ਗਿਆ, ਉਹ ਪੰਜਾਬ ਦੀ ਜੇਲ ਚ ਲਿਆ ਕੇ ਇਹਨਾਂ ਨੇ ਸਪੈਸ਼ਲੀ ਰੱਖਿਆ ਤੇ ਉੱਥੇ ਹੀ ਉਹ ਕੀ ਕਰਦੇ ਸੀ ਕਿ ਉਹ ਆਪਣੀ ਵਾਈਫ ਦੇ ਨਾਲ ਰਹਿੰਦਾ ਸੀ ਤੇ ਬਾਹਰ ਘੁੰਮਣ ਵੀ ਜਾਂਦਾ ਸੀ। ਜੇਲ ਉਹਦੀ ਐਸ਼ਗਾਹ ਸੀ। ਆਪ ਮਨਿਸਟਰ ਵਿਧਾਨ ਸਭਾ ਦੇ ਅੰਦਰ ਦੱਸ ਰਿਹਾ, ਉਸ ਵੇਲੇ ਹਰਜੋਤ ਸਿੰਘ ਬੈਸ ਸੀ ਜੇਲ ਮੰਤਰੀ, ਤੇ ਉਹਨਾਂ ਨੇ ਕਿਹਾ ਜੀ ਸਜ਼ਾਵਾਂ ਦੇਵਾਂਗੇ, ਨਾ ਕਿਸੇ ਦੀ ਕੋਈ ਜਾਂਚ ਹੋਈ ਨਾ ਕਿਸੇ ਨੂੰ ਕੋਈ ਸਜ਼ਾ ਦਿੱਤੀ ਗਈ। ਇਹ ਸਭ ਪਾਰਟੀਆਂ ਵਾਲੇ ਜਿਹੜੇ ਪੋਲੀਟੀਕਲ ਬੰਦੇ ਰਲੀ ਮਲੀ ਕੁਸ਼ਤੀ ਖੇਡਦੇ ਆ, ਸਭ ਨੂੰ ਪੈਸੇ ਚਾਹੀਦੇ ਆ। ਕਰਪਸ਼ਨ ਤੋਂ ਬਿਨਾ ਇਹ ਕੰਮ ਹੋ ਹੀ ਨਹੀਂ ਸਕਦਾ ਨਾ। ਇਹ ਕਿੱਥੋਂ ਪੈਸੇ ਲਾਰੇ ਸੁਸ਼ਨੋ ਜੀ, ਆਪਣੇ ਆਪ ਤਾਂ ਫਿਰ ਫਰੌਤੀਆਂ ਮੰਗੂਗਾ ਹੀ ਨਾ, ਮਤਲਬ ਵੀ ਹੋਣਗੇ ਨਾ। ਤੇ ਇਹ ਕਿਉਂ ਨੀ ਉਹਨੂੰ ਫੜਦੇ, ਇਹਨਾਂ ਦੀ ਰਿਸਪੋਂਸੀਬਿਲਿਟੀ ਕਿਹਦੀ ਆ, ਕਿਸ ਤਰ੍ਹਾਂ ਹੋ ਗਿਆ ਸਾਰਾ। ਪੁਲਿਸ ਪ੍ਰਸ਼ਾਸਨ ਤੇ ਪੋਲੀਟੀਸ਼ੀਅਨ ਔਰ ਗੈਂਗਸਟਰ
ਇਹਨਾਂ ਦੇ ਨਕਸਲ ਨੇ ਨਾਰਕੋ ਟੈਰਰਿਜ਼ਮ ਇਸੇ ਨੂੰ ਕਹਿੰਦੇ ਆ, ਇਹ ਜਦੋਂ ਜ਼ੀਰੋ ਟੋਲਰੈਂਸ ਤੇ ਟੁੱਟੇਗਾ ਨਹੀਂ ਤਾਂ ਪੰਜਾਬ ਦੀ ਦੁਰਦਸ਼ਾ ਐਂਡ ਲੋਲੈਸਨੈਸ ਇਸੇ ਤਰ੍ਹਾਂ ਰਹੇਗੀ। ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਲਾਰੈਂਸ ਦੇ ਇੰਟਰਵਿਊ ਸਾਲ 2023 ਵਿੱਚ 14 ਅਤੇ 17 ਮਾਰਚ ਨੂੰ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਪੰਜਾਬ ਪੁਲਿਸ ਤੇ ਸਵਾਲ ਖੜੇ ਹੋਏ ਸਨ। ਇਸ ਤੋਂ ਬਾਅਦ ਪੰਜਾਬ ਦੇ DGP ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਬੁਲਾਈ, ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਲਈ ਗਈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੀਡਰ ਅੱਜ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਕੱਸੇ। ਵਡਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਮਨਮਰਜ਼ੀਆਂ ਕਾਰਨ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗੀ। ਜੇਕਰ ਉਹ ਸਾਰਿਆਂ ਦੀ ਸਲਾਹ ਨਾਲ ਫੈਸਲੇ ਲੈਂਦੇ ਤਾਂ ਅੱਜ ਪਾਰਟੀ ਨੂੰ ਇਹ ਦਿਨ ਨਹੀਂ ਵੇਖਣਾ ਪੈਣਾ ਸੀ ਤੇ ਨਾ ਹੀ ਸੌਦਾ ਸਾਧ ਨੂੰ ਮੁਆਫੀ ਮਿਲਣੀ ਸੀ। ਵਡਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਕਾਰਨ ਅੱਜ ਪੰਥ ਸੰਕਟ 'ਚ ਹੈ। ਹੁਣ ਸਮੁੱਚੇ ਸਿੱਖ ਜਗਤ ਨੂੰ ਪੰਜ ਸਿੰਘ ਸਾਹਿਬਾਨ ਤੋਂ ਆਸ ਹੈ, ਉਮੀਦ ਹੈ ਕਿ ਉਹ ਸਿੱਖ ਰਵਾਇਤਾਂ ਤੇ ਸਿਧਾਂਤਾਂ ਅਨੁਸਾਰ ਫੈਸਲਾ ਲੈਣਗੇ ਜੋ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੀਡਰ ਅਤੇ ਅਕਾਲੀ ਸੁਧਾਰ ਲਹਿਰ ਦੇ ਲੀਡਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਂ ਕੋਰ ਕਮੇਟੀ ਬਣਾਉਣ ਤੇ ਭਾਈ ਵਡਾਲਾ ਨੇ ਕਿਹਾ ਕਿ ਕਿਸੇ ਨੇ ਕਮੇਟੀ ਬਣਾ ਦਿੱਤੀ ਤੇ ਕਿਸੇ ਨੇ ਢਾ ਦਿੱਤੀ, ਆਪਣੀ ਮਰਜ਼ੀ ਦੇ ਨਾਲ ਸਭ ਕੁਝ ਕਰ ਲਿਆ। ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਹੈ ਇਹ ਕਿਸੇ ਨਿੱਜੀ ਦੇ ਆਲੇ ਦੁਆਲੇ ਨਹੀਂ ਘੁੰਮਣੀ ਚਾਹੀਦੀ, ਇਹ ਨਿਰਸਵਾਰਥ ਹੋਣੀ ਚਾਹੀਦੀ ਹੈ। ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਹੈ, ਕੋਈ ਸਾਡਾ ਆਪਣਾ ਸਵਾਰਥ ਇਸ ਵਿੱਚ ਨਹੀਂ ਹੈ, ਕੋਈ ਸਾਡਾ ਆਪਣਾ ਏਜੰਡਾ ਵੀ ਨਹੀਂ ਹੈ। ਇਹ ਜ਼ਰੂਰ ਕਹਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਕੁਰਬਾਨੀ ਦੇਣੀ ਚਾਹੀਦੀ ਹੈ। ਕਿਸੇ ਨੇ ਕਮੇਟੀ ਬਣਾਤੀ, ਕਦੀ ਢਾਤੀ, ਆਪਣੀ ਮਰਜ਼ੀ ਨਾਲ ਸਭ ਕੁਝ ਕਰ ਲਿਆ, ਅਸੀਂ ਤਾਂ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿੱਜੀ ਦੇ ਆਲੇ ਦੁਆਲੇ ਨਹੀਂ ਘੁੰਮਣੀ ਚਾਹੀਦੀ, ਇਹ ਨਿਰਸਵਾਰਥ ਹੋਣੀ ਚਾਹੀਦੀ ਆ। ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ, ਕੋਈ ਸਾਡਾ ਆਪਣਾ ਸਵਾਰਥ ਨਹੀਂ ਗਾ, ਕੋਈ ਸਾਡਾ ਆਪਣਾ ਏਜੰਡਾ ਨਹੀਂ ਗਾ, ਅਤੇ ਇਹ ਜ਼ਰੂਰ ਕਹਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ। ਇਹ ਤਾਂ ਹੁਣ ਦੇਖੋ ਸਿੰਘ ਸਾਹਿਬਾਨਾਂ ਦੇ ਕੋਲ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹਦੇ 'ਤੇ ਕੋਈ ਗੱਲ ਕਰਨੀ ਕੋਈ ਬਹੁਤੀ ਵਾਜਿਬ ਨਹੀਂ ਇੱਥੇ ਇਸ ਪਵਿੱਤਰ ਸਥਾਨ 'ਤੇ ਆ ਕੇ, ਅਤੇ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਾਹਿਬਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ, ਜੋ ਆਪਣਾ ਇਤਿਹਾਸਕ ਆਪਣੇ ਕੋਲ ਉਦਾਹਰਨਾਂ ਰਹੀਆਂ ਨੇ ਉਹਦੇ ਮੁਤਾਬਕ ਸਿੰਘ ਸਾਹਿਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ, ਉਹਨਾਂ 'ਤੇ ਮਿਹਰ ਕਰਨਗੇ, ਅਤੇ ਉਹ ਉਹਦੇ ਮੁਤਾਬਕ ਇਹ ਫੈਸਲਾ ਲੈਣਗੇ। ਅਤੇ ਨਾਲ ਨਾਲ ਇਹ ਵੀ ਚਾਹੁੰਦੇ ਹਾਂ ਕਰਕੇ ਅਸੀਂ ਵੀ ਸੰਗਤ ਦੇ ਨਿਮਾਣੇ ਸੇਵਕ ਹਾਂ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ, ਐਵੇਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਾਹਿਬਾਨ ਨੂੰ ਆ ਕੇ ਬੇਨਤੀ ਕਰਨ, ਉਹਨਾਂ ਨੂੰ ਆਪਣੇ ਸੁਝਾਅ ਦੇਣ, ਤਾਂ ਕਿ ਇੱਕ ਵਧੀਆ ਅਤੇ ਇੱਕ ਆਮ ਰਾਏ ਬਣ ਸਕੇ ਕਿ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ, ਸਿੱਖ ਲੀਡਰਸ਼ਿਪ ਨੂੰ ਇਸ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ। ਅਤੇ ਸਾਨੂੰ ਉਮੀਦ ਆ ਕਿ ਦੁਨੀਆਂ 'ਚ ਬੈਠੇ ਸਿੱਖ ਪੰਥ ਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ, ਦੇਸ਼ ਵਿੱਚ ਵੀ, ਜਿੱਥੇ ਵੀ ਬੈਠੇ ਨੇ, ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਅਤੇ ਉਹ ਆਪਣੇ ਸੁਝਾਅ ਦੇਣਗੇ ਅਤੇ ਇਸ ਲਹਿਰ ਦਾ ਹਿੱਸਾ ਬਣਨਗੇ। 30 ਅਗਸਤ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੇ ਬੋਲਦੇ ਹੋਏ ਭਾਈ ਵਡਾਲਾ ਨੇ ਕਿਹਾ ਕਿ ਸਾਰੀ ਸਿੱਖ ਸੰਗਤ ਅਤੇ ਸਿੱਖ ਪੰਥ ਉਹਨਾਂ ਤੋਂ ਬੇਹੱਦ ਆਸ ਲਗਾ ਕੇ ਬੈਠਾ ਅਤੇ ਸਾਰੀ ਹੀ ਸਿੱਖ ਸੰਗਤ ਇੱਕ ਟਿੱਕ ਲਗਾ ਕੇ ਉਹਨਾਂ ਦੇ
ਫੈਸਲੇ ਦੀ ਉਡੀਕ ਕਰ ਰਹੀ ਹੈ ਅਤੇ ਉਹ ਯਕੀਨ ਕਰਦੇ ਨੇ ਕਿ ਸਿੱਖਾਂ ਦੇ ਅਸੂਲਾਂ ਦੇ ਮੁਤਾਬਕ ਹੀ ਇਹ ਫੈਸਲਾ ਲਿਆ ਜਾਵੇਗਾ ਅਤੇ ਉਹਨਾਂ ਨੂੰ ਯਕੀਨ ਹੈ ਕਿ ਫੈਸਲਾ ਸਿੰਘ ਸਾਹਿਬਾਨਾਂ ਦੇ ਵੱਲੋਂ ਬਿਲਕੁਲ ਠੀਕ ਕੀਤਾ ਜਾਵੇਗਾ ਅਤੇ ਸੰਗਤਾਂ ਵੀ ਇਹੋ ਚਾਹੁੰਦੀਆਂ ਨੇ। ਭਾਈ ਵਡਾਲਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਵਿੱਚ ਸਿੱਖ ਸੰਗਤ ਆਸ ਲਗਾ ਕੇ ਬੈਠੀ ਹੈ ਕਿ ਜਿਹੜਾ ਫੈਸਲਾ ਸਿੱਖ ਪਰੰਪਰਾਵਾਂ ਦੇ ਮੁਤਾਬਕ ਹੋਏਗਾ ਉਹ ਸਭ ਨੂੰ ਪ੍ਰਵਾਨ ਹੋਏਗਾ। ਇਸ ਵਾਰ ਆਜ਼ਾਦੀ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਜਲੰਧਰ 'ਚ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਝੰਡਾ ਲਹਿਰਾਉਣਗੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ 'ਚ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਅਰੋੜੀ ਰੂਪਨਗਰ 'ਚ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ 'ਚ ਤਿਰੰਗਾ ਲਹਿਰਾਉਣਗੇ। ਪੰਜਾਬ 'ਚ 15 ਅਗਸਤ ਦੇ ਸਮਾਗਮ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕੁਝ ਹੀ ਦਿਨਾਂ 'ਚ ਪਰੇਡ ਦੀ ਫੁੱਲ ਡਰੈਸ ਰਿਹਰਸਲ ਵੀ ਕੀਤੀ ਜਾਵੇਗੀ। ਦੱਸ ਦਈਏ ਕਿ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਘਰ ਲਿਆ ਸੀ। ਇਸ ਘਰ 'ਚ ਹਰ ਹਫ਼ਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਹੁਣ ਜਲੰਧਰ 'ਚ ਹੀ ਸੀਐਮ ਮਾਨ 15 ਅਗਸਤ ਨੂੰ ਸਮਾਗਮ ਨੂੰ ਸੰਬੋਧਨ ਕਰਨਗੇ। ਪੰਜਾਬ ਸਰਕਾਰ ਦੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਸਮੇਤ ਮੰਤਰੀਆਂ ਦੇ ਝੰਡਾ ਲਹਿਰਾਉਣ ਦੀ ਰਸਮ ਸੰਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿਖੇ ਝੰਡਾ ਲਹਿਰਾਉਣਗੇ। ਇਸ ਦੇ ਨਾਲ ਹੀ ਡਿਪਟੀ ਸਪੀਕਰ ਜੈ ਕਿਸ਼ਨ ਅਰੋੜੀ ਰੂਪਨਗਰ, ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਅਤੇ ਅਮਨ ਅਰੋੜਾ ਫਾਜ਼ਿਲਕਾ ਦੇ ਵਿੱਚ ਮੌਜੂਦ ਰਹਿਣਗੇ। ਪੰਜਾਬ ਦੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਡਾਕਟਰ ਬਲਜੀਤ ਕੌਰ ਬਰਨਾਲਾ, ਕੁਲਦੀਪ ਸਿੰਘ ਧਾਲੀਵਾਲ ਤਰਨ ਤਾਰਨ, ਡਾਕਟਰ ਬਲਬੀਰ ਸਿੰਘ ਸੰਗਰੂਰ, ਬ੍ਰਹਮ ਸ਼ੰਕਰ ਜਿੰਪਾ ਪਠਾਨਕੋਟ, ਲਾਲ ਚੰਦ ਕਟਾਰੂ ਚੱਕ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣਗੇ। ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ, ਹਰਜੋਤ ਸਿੰਘ ਬੈਂਸ ਮੋਹਾਲੀ, ਹਰਭਜਨ ਸਿੰਘ ਮੋਗਾ, ਚੇਤਨ ਸਿੰਘ ਜੌੜਮਾਜਰਾ ਮਾਨਸਾ, ਅਨਮੋਲ ਗਗਨ ਮਾਨ SBS ਨਗਰ, ਬਲਕਾਰ ਸਿੰਘ ਲੁਧਿਆਣਾ ਅਤੇ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਸਿਆਸੀ ਬਦਲਾਖੋਰੀ ਦਾ ਸਖ਼ਤ ਨੋਟਿਸ ਲਿਆ ਗਿਆ। ਅਕਾਲੀ ਆਗੂਆਂ ਨੇ ਮਜੀਠੀਆ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਿਆਸੀ ਬਦਲਾਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਾਨ ਸਰਕਾਰ NDPS ਐਕਟ ਤਹਿਤ ਮਜੀਠੀਆ ਖਿਲਾਫ਼ ਦਰਜ ਝੂਠੇ ਅਤੇ ਫਰਜ਼ੀ ਕੇਸ ਦੀ ਪੈਰਵਾਈ ਕਰ ਰਹੀ ਹੈ ਅਤੇ ਵਾਰ ਵਾਰ SIT ਬਣਾ ਕੇ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਕਰਮ ਮਜੀਠੀਆ ਨੇ ਇਸ ਫੈਸਲੇ ਲਈ ਕੋਰ ਕਮੇਟੀ ਦਾ ਧੰਨਵਾਦ ਕੀਤਾ। ਮਜੀਠੀਆ ਨੇ ਕਿਹਾ ਕਿ ਉਹ ਹਮੇਸ਼ਾ ਧੱਕੇਸ਼ਾਹੀ ਖਿਲਾਫ਼ ਲੜਦੇ ਰਹੇ ਨੇ, ਉਹ ਬੇਬਾਕੀ ਨਾਲ ਲੋਕਾਂ ਦੀ ਆਵਾਜ਼ ਚੁੱਕਣਗੇ ਅਤੇ ਸੱਚਾਈ 'ਤੇ ਪਹਿਰਾ ਦਿੰਦੇ ਰਹਿਣਗੇ। ਤਾਨਾਸ਼ਾਹ ਹੁਕਮਰਾਨਾਂ ਦੇ ਚਿਹਰੇ ਬੇਨਕਾਬ ਕਰਨਾ ਗੁਰੂ ਦੇ ਹਰ ਸਿੱਖ ਦੀ ਜ਼ਿੰਮੇਵਾਰੀ ਹੈ। ਬਾਗੀ ਧੜੇ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੱਦ ਕੇ ਨਵਾਂ ਪ੍ਰਧਾਨ ਚੁਣਨ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵੰਬਰ ਮਹੀਨੇ ਵਿੱਚ 3 ਰੋਜ਼ਾ ਡੈਲੀਗੇਟ ਸੈਸ਼ਨ ਕਰਨ ਦਾ ਫੈਸਲਾ ਕੀਤਾ। ਇਸ ਬਾਰੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਰੀ ਹੀ ਅਕਾਲੀ ਦਲ ਦੀ ਪਾਰਟੀ ਦੇ ਲੀਡਰਾਂ ਨੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਸਿਆਸੀ ਬਦਲਾਖੋਰੀ ਦਾ ਸਖ਼ਤ ਨੋਟਿਸ ਲਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜੀਠੀਆ ਦੇ ਨਾਲ ਖੜੀ ਹੈ। ਇੱਕ ਵਿਸ਼ੇਸ਼ ਤੌਰ 'ਤੇ ਸਾਰੀ ਕੋਰ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜਿਹੜੀ ਵੰਡੈਟਾ ਪੋਲੀਟਿਕਸ ਹੈ ਉਹ ਪੰਜਾਬ ਦੇ ਵਿੱਚ ਸਿਖਰਾਂ ਦੇ ਉੱਤੇ ਔਰ ਉਹਦੀ ਉਦਾਹਰਣ ਹੈ
ਜਿਸ ਤਰੀਕੇ ਸਰਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਹਾਲੇ ਕਿ ਅਦਾਲਤਾਂ ਨੇ ਉਹਨਾਂ ਨੂੰ ਜ਼ਮਾਨਤਾਂ ਵੀ ਦਿੱਤੀਆਂ, ਪਰ ਫਿਰ ਮਾੜੀ ਨੀਤ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਕਿ ਕਦੀ ਕੋਈ ਸਿੱਟ ਬਣਾ ਕੇ, ਕਦੀ ਕੋਈ ਹੋਰ ਢੰਗ ਤਰੀਕਾ ਕਰਕੇ ਅਤੇ ਬਿਨਾਂ ਮਤਲਬ ਤੋਂ ਵਾਰ ਵਾਰ ਸੰਮਨ ਕਰਕੇ ਅਤੇ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾਂਦੀ। ਕੋਰ ਕਮੇਟੀ ਨੇ ਇਸ ਜਿਹੜੀ ਮਾੜੀ ਨੀਤੀ ਹੈ ਵਨਡੇਟਾ ਪੋਲੀਟਿਕਸ ਦੀ, ਸੂਬੇ ਦੀ ਸਰਕਾਰ ਦੀ, ਭਗਵੰਤ ਮਾਨ ਦੀ ਸਰਕਾਰ ਦੀ, ਇਹਦੀ ਡੱਟ ਕੇ ਨਿਖੇਧੀ ਕੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਹਨਾਂ ਗੱਲਾਂ ਤੋਂ ਡਰਿਆ ਔਰ ਨਾ ਕਦੀ ਘਬਰਾਇਆ ਅਤੇ ਨਾ ਹੀ ਅੱਗੋਂ ਇਹਨਾਂ ਗੱਲਾਂ ਤੋਂ ਡਰੇਗਾ ਨਾ ਝੁਕੇਗਾ। ਔਰ ਇਹ ਕਲੀਅਰ ਕੀਤਾ ਕਿ ਸਾਰੀ ਪਾਰਟੀ ਸਰਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜ੍ਹੀ, ਵੀ ਇਹਦਾ ਭੁਲੇਖਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ, ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਕੋਰ ਕਮੇਟੀ ਅਤੇ ਪੂਰੀ ਪਾਰਟੀ ਸਾਰੀ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜ੍ਹੀ ਹੈ। ਇਸ ਗੱਲ ਦਾ ਭੁਲੇਖਾ ਜਿਹੜਾ ਉਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਇਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਟਵੀਟ ਕਰਕੇ ਸਾਥ ਦੇਣ ਵਾਲੇ ਸਾਰੇ ਪੰਜਾਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਕਰੀਆ ਅਦਾ ਕੀਤਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਹ ਧੱਕੇਸ਼ਾਹੀ ਦੇ ਖਿਲਾਫ ਇਸੇ ਤਰ੍ਹਾਂ ਲੜਦੇ ਰਹਿਣਗੇ। ਇਸ ਤੋਂ ਇਲਾਵਾ ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਖੰਨਾ ਦੇ ਈਸੜੂ ਪਿੰਡ ਵਿਖੇ ਸ਼ਹੀਦ ਜਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ 19 ਅਗਸਤ ਨੂੰ ਰੱਖੜ ਪੁੰਨਿਆ ਤੇ ਬਾਬਾ ਬਕਾਲਾ ਵਿਖੇ ਅਤੇ 20 ਅਗਸਤ ਨੂੰ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਿਆਸੀ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪੈਰਿਸ ਓਲੰਪਿਕ ਤੋਂ ਭਾਰਤੀ ਖੇਡ ਪ੍ਰੇਮੀਆਂ ਲਈ ਬੇਹੱਦ ਨਿਰਾਸ਼ ਕਰਨ ਵਾਲੀ ਖਬਰ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਹੀ ਕਰਾਰ ਦਿੱਤਾ ਗਿਆ ਅਯੋਗ। ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਮਹਿਜ਼ 100 ਗ੍ਰਾਮ ਵੱਧ ਨਿਕਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ। ਮਾਨ ਨੇ ਕਿਹਾ ਖਿਡਾਰੀ ਦੇ ਭਾਰ ਤੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਚ ਅਤੇ ਫਿਜ਼ੀਓਥੈਰੇਪਿਸਟ ਦੀ ਸੀ। ਵਿਨੇਸ਼ ਫੋਗਾਟ ਗੋਲਡ ਮੈਡਲ ਜਿੱਤਣ ਤੋਂ ਬਸ ਇੱਕ ਕਦਮ ਦੂਰ ਸੀ। ਵਿਨੇਸ਼ ਫੋਗਾਟ ਮਾਮਲੇ 'ਚ ਦੇਸ਼ ਦੀ ਸਿਆਸਤ ਗਰਮਾਈ। ਸੰਜੇ ਸਿੰਘ ਨੇ ਕਿਹਾ ਵਿਨੇਸ਼ ਇੱਕ ਦਿਨ 'ਚ 3 ਪਹਿਲਵਾਨਾਂ ਨੂੰ ਹਰਾ ਕੇ ਫਾਈਨਲ 'ਚ ਪੁੱਜੀ। ਉਹ ਮੈਡਲ ਜਿੱਤ ਕੇ ਇਤਿਹਾਸ ਰਚਣ ਜਾ ਰਹੀ ਸੀ। ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਸ ਦੇ ਖਿਲਾਫ਼ ਸਾਜਿਸ਼ ਰਚੀ ਗਈ। ਰਾਘਵ ਚੱਡਾ ਨੇ ਰਾਜ ਸਭਾ 'ਚ ਚੁੱਕੀ ਨਨਕਾਣਾ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ। ਰਾਘਵ ਚੱਡਾ ਨੇ ਕਿਹਾ ਸ਼ਰਧਾਲੂਆਂ ਲਈ ਕੋਈ ਫੀਸ, ਪਾਸਪੋਰਟ, ਵੀਜ਼ਾ ਜਾਂ ਮੁਸ਼ਕਲ ਫਾਰਮ ਦੀ ਸ਼ਰਤ ਨਹੀਂ ਹੋਣੀ ਚਾਹੀਦੀ। ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ। ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਆਈ ਸਾਹਮਣੇ। ਬਿਸ਼ਨੋਈ ਦੀ ਪਹਿਲੀ ਇੰਟਰਵਿਊ CIA ਖਰੜ ਦੇ ਪਰਿਸਰ 'ਚ ਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ 'ਚ ਹੋਈ। ਹਾਈਕੋਰਟ 'ਚ ਪੇਸ਼ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ 'ਚ ਹੋਇਆ ਖੁਲਾਸਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ TV ਪੰਜਾਬ।